ਕਹਿੰਦੇ ਨੇ ਜੇ ਮਨ ਵਿੱਚ ਚਾਹ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ ਅਤੇ ਪੰਜਾਬ ਦੀ ਇੱਕ ਧੀ ਨੇ ਵੀ ਅਜਿਹਾ ਹੀ ਕਮਾਲ ਕਰ ਵਿਖਾਇਆ ਹੈ। ਇੱਕ ਪਾਸੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨਾਲ ਤੋਲਿਆ ਜਾਂਦਾ ਹੈ ਪਰ ਇਸ ਸੂਬੇ ਦੇ ਵਿੱਚ ਕਈ ਨੌਜਵਾਨ ਅਜਿਹੇ ਵੀ ਹਨ ਜਿਨ੍ਹਾਂ ਦੇ ਵੱਲੋਂ ਪੰਜਾਬ ਨੂੰ ਸਿਖਰਾਂ ਤੇ ਲਿਜਾਉਣ ਦਾ ਕੰਮ ਕੀਤਾ ਜਾ ਰਿਹਾ। ਪਠਾਨਕੋਟ ਦੀ ਰਹਿਣ ਵਾਲੀ ਕਨੂਪ੍ਰਿਆ ਸ਼ਰਮਾ ਨੇ ਜੱਜ ਬਣ ਕੇ ਪੰਜਾਬ ਦਾ ਮਾਣ ਵਧਾਇਆ ਹੈ। ਤੁਹਾਨੂੰ ਦੱਸ ਦਈਏ ਕਿ ਕਨੂਪ੍ਰਿਆ ਸ਼ਰਮਾ ਇੱਕ ਮਿਡਲ ਕਲਾਸ ਪਰਿਵਾਰ 'ਚ ਜੰਮੀ ਪਲੀ ਹੈ ਅਤੇ ਆਪਣੀ ਪੜ੍ਹਾਈ ਪੂਰੀ ਕਰਕੇ ਉਸਨੇ ਜੱਜ ਬਣ ਕੇ ਪਠਾਨਕੋਟ ਜ਼ਿਲ੍ਹੇ ਦਾ ਨਾਮ ਪੂਰੇ ਦੇਸ਼ ਦੇ ਵਿੱਚ ਰੋਸ਼ਨ ਕਰ ਦਿੱਤਾ। ਗੱਲਬਾਤ ਦੇ ਦੌਰਾਨ ਕਨੂਪ੍ਰਿਆ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ। ਉਸਦੇ ਇਸ ਮੁਕਾਮ ਤੱਕ ਪਹੁੰਚਣ ਵਿੱਚ ਉਸਨੇ ਆਪਣੇ ਮਾਂ ਬਾਪ ਦਾ ਬਹੁਤ ਵੱਡਾ ਯੋਗਦਾਨ ਦੱਸਿਆ। 2 ਸਾਲਾਂ ਦੀ ਅਣਥਕ ਮਿਹਨਤ ਤੋਂ ਬਾਅਦ ਕਨੂਪ੍ਰਿਆ ਸ਼ਰਮਾ ਨੇ ਜੱਜ ਬਣ ਕੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ। ਧੀ ਦੀ ਜੱਜ ਬਣਨ ਦੀ ਖੁਸ਼ਖਬਰੀ ਸੁਣਦਿਆਂ ਹੀ ਮਾਂ ਬਾਪ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਅਤੇ ਉਹਨਾਂ ਨੇ ਲੱਡੂ ਵੰਡ ਕੇ ਇਸ ਖੁਸ਼ੀ ਦਾ ਆਨੰਦ ਮਾਣਿਆ। ਆਪਣੀ BLLB ਕੀ ਪਹਿਲੇ ਪੰਜਾਬੀ ਯੂਨੀਵਰਸਿਟੀ ਸੇ, ਫਿਰ LLM ਕੀ ਹੈ, ਔਰ ਅਭੀ PhD ਚੱਲ ਰਹੀ ਥੀ, ਔਰ ਉਸਕੇ ਸਾਥ ਮੈਂ ਜੁਡੀਸ਼ਰੀ ਕੀ ਤਿਆਰੀ ਕਰ ਰਹੀ ਥੀ। ਤੋ ਫਿਰ ਮੈਨੇ ਇਗਜ਼ਾਮ ਦਿਆ, ਫਿਰ ਉਸਕਾ ਪ੍ਰੀਲਿਮਨਰੀ ਹੋਤਾ ਹੈ, ਫਿਰ ਮੇਨਸ ਹੋਤਾ ਹੈ, ਫਿਰ ਅਬ ਇੰਟਰਵਿਊ ਕਲੀਅਰ ਕਰਕੇ ਫਾਈਨਲੀ ਕੱਲ੍ਹ ਰਿਜ਼ਲਟ ਆਇਆ ਥਾ। ਤੋ ਮੈਂ ਮੇਰਾ 8th ਰੈਂਕ ਆਇਆ। ਤੋ ਮੈਂ ਸਿਵਲ ਜੱਜ ਅਪੁਆਇੰਟ ਹੋਊਂਗੀ। ਫਸਟ ਤੋ ਟ੍ਰੇਨਿੰਗ ਪੀਰੀਅਡ ਚਲੇਗਾ, ਉਸਕੇ ਬਾਅਦ ਜੱਜ ਕੀ ਅਪੁਆਇੰਟਮੈਂਟ ਹੋਤੀ ਹੈ। ਅਗਰ ਸੰਘਰਸ਼ ਕੀ ਬਾਤ ਕਰ ਰਹੇ ਇਸਮੇਂ ਤੋ ਕਿਤਨਾ ਸੰਘਰਸ਼ ਆਪਕਾ ਰਹਾ, ਕਿਉਂਕਿ ਸ਼ੁਰੂ ਸੇ ਲੇਕਰ ਆਖਰੀ ਤੱਕ ਸੰਘਰਸ਼ ਹਰ ਚੀਜ਼ ਮੇਂ ਹੋਤਾ ਹੈ, ਇਸਮੇਂ ਆਪਕਾ ਕਿਤਨਾ ਸੰਘਰਸ਼ ਹੈ? ਸੰਘਰਸ਼ ਤੋ ਸਬਸੇ ਪਹਿਲੇ ਜਬ ਵੀ ਮੈਨੇ ਡਿਸਾਈਡ ਕੀਆ ਥਾ ਕਿ ਮੁਝੇ ਜੱਜ ਬਣਨਾ ਹੈ, ਮੁਝੇ ਪਤਾ ਥਾ ਕਿ ਮੁਝੇ ਬਹੁਤ ਕੁਛ ਗਿਵ ਅਪ ਕਰਨਾ ਪੜੇਗਾ, ਇਸਕੇ ਲੀਏ ਬਹੁਤ ਡਿਟਰਮੀਨੇਸ਼ਨ ਚਾਹੀਏ, ਬਿਕੋਜ਼ ਕੰਪਟੀਸ਼ਨ ਬਹੁਤ ਹੈ ਸਪੈਸ਼ਲੀ ਅੱਜ ਕੱਲ੍ਹ, ਔਰ ਵੈਸੇ ਵੀ ਕੁਛ ਵੀ ਕਰਨਾ ਹੋ, ਕੋਈ ਵੀ ਕੰਪੀਟੀਟਿਵ ਇਗਜ਼ਾਮ ਨਿਕਾਲਣਾ ਹੋ, ਤੋ ਆਪਕੋ ਇੱਕ ਡਿਟਰਮੀਨੇਸ਼ਨ ਚਾਹੀਏ। ਤੋ ਮੇਰੇ ਦਿਮਾਗ ਮੇਂ ਸੈੱਟ ਥਾ ਯੇ ਗੋਲ ਕਿ ਮੁਝੇ ਬਣਨਾ ਹੈ ਜੱਜ, ਤੋ ਉਸਕੇ ਲੀਏ ਜੋ ਕੁਛ ਵੀ ਹੋਗਾ, ਜੋ ਕੁਛ ਵੀ ਗਿਵ ਅਪ ਕਰਨਾ ਪੜੇਗਾ, ਮੈਂ ਉਸਕੇ ਲੀਏ ਬਿਲਕੁਲ ਤਿਆਰ ਥੀ। ਔਰ ਮੁਝੇ ਲਗਤਾ ਹੈ ਸ਼ਾਇਦ ਕਿ ਮੁਝੇ ਐਸੇ ਹਮੇਸ਼ਾ ਸੇ ਲਗਤਾ ਹੈ ਆਪ ਹਾਰਡ ਵਰਕ ਕਰੋ ਤੋ ਵੋ ਪੇ ਆਫ ਕਰਤਾ ਹੀ ਹੈ। ਬਾਕੀ ਮੇਰੇ ਪੇਰੈਂਟਸ ਨੇ ਹਮੇਸ਼ਾ ਸਪੋਰਟ ਕੀਆ ਮੁਝੇ, ਮਤਲਬ ਜਹਾਂ ਪਰ ਮਤਲਬ ਇੱਕ ਸਭਸੇ ਬੜਾ ਸਪੋਰਟ ਹੋਤਾ ਪੇਰੈਂਟਸ ਕਾ ਕਿ ਵੋ ਆਪਕੋ ਕਿਸ ਚੀਜ਼ ਕੇ ਲੀਏ ਰੋਕ ਨਹੀਂ ਰਹੇ, ਕੁਛ ਚਾਹੀਏ ਵੋ ਦੇ ਪ੍ਰੋਵਾਈਡ ਕਰ ਰਹੇ ਹੈ, ਆਪਣੀ ਲਿਮਿਟ ਸੇ ਆਗੇ ਜਾ ਕੇ ਵੀ ਲਗਜ਼ਰੀਜ਼ ਪ੍ਰੋਵਾਈਡ ਕਰ ਰਹੇ ਹੈ। ਤੋ ਜਬ ਤੁਹਾਰਾ ਪੂਰਾ ਇਨਵਾਇਰਮੈਂਟ ਹੀ ਐਸਾ ਹੋ, ਸੋ ਸਭ ਮੋਟੀਵੇਟ ਕਰ ਰਹੇ ਹੋ, ਤੋ ਖੁਦ ਬ ਖੁਦ ਸੰਘਰਸ਼ ਵੀ ਆਸਾਨ ਹੋ ਹੀ ਜਾਤਾ ਹੈ। ਪਰਿਵਾਰ ਮੇਂ ਸਭਸੇ ਜ਼ਿਆਦਾ ਸਪੋਰਟਿਵ ਕੌਣ ਹੈ ਆਪਕਾ, ਜਿਸ ਨੇ ਸਭਸੇ ਜ਼ਿਆਦਾ ਸਪੋਰਟ ਕੀਆ ਆਪਕੋ ਔਰ ਗਾਈਡ ਕੀਆ ਆਪਕੋ ਕਿ ਨਹੀਂ ਜੱਜ ਬਣਨਾ ਆਪਨੇ? ਮੇਰੇ ਪੇਰੈਂਟਸ ਸਭਸੇ ਪਹਿਲੇ ਤੋਂ, ਜੋ ਹਰ ਜਗ੍ਹਾ ਮੇਰੇ ਸਾਥ ਗਏ ਹੈ, ਜਿੱਤੀ ਵਾਰ ਟੈਸਟ ਹੋਇਆ ਹੈ ਹਰ ਜਗ੍ਹਾ ਮੇਰੇ ਸਾਥ ਦੀ ਹੈ। ਫਿਰ ਮੇਰੇ ਜੋ ਸਾਰੇ ਫੈਮਿਲੀ ਮੈਂਬਰਸ ਹੈ, ਜੈਸੇ ਮੇਰੇ ਅੰਕਲ ਜੀ ਹੈ, ਮੇਰੀ ਮਾਸੀ, ਮੇਰੀ ਬਹਿਨ, ਮਤਲਬ ਸਭ ਲੋਕ ਕਹੀਂ ਨਾ ਕਹੀਂ ਮੁਝੇ ਲਗਤਾ ਹੈ ਕਿ ਸਪੈਸ਼ਲੀ ਮੇਰੇ ਕੋ ਲੇਕਰ ਸਭ ਕੋ ਥਾ ਕਿ ਇਸਕੋ ਮੋਟੀਵੇਟ ਕਰਨਾ ਹੈ, ਔਰ ਅਗਰ ਕਭੀ ਇਗਜ਼ਾਮ ਵੀ ਹੈ ਤੋ ਤੰਗ ਨਹੀਂ ਕਰਨਾ, ਤੋ ਮਤਲਬ ਨਹੀਂ ਕਰਨਾ, ਘਰ ਆ ਕੇ ਵੀ ਨਹੀਂ ਬਾਤ ਕਰਨੀ ਕਿ ਉਨਕੋ ਪਤਾ ਹੈ ਪੇਪਰ ਚੱਲ ਰਿਹਾ ਹੈ। ਤੋ ਮੁਝੇ ਲਗਤਾ ਹੈ ਇਨ ਛੋਟੀ ਛੋਟੀ ਚੀਜ਼ੇ ਹੀ ਬਹੁਤ ਮੈਟਰ ਕਰਦੀਆਂ, ਔਰ ਇਸੀ ਸੇ ਹੀ ਆਪ ਓਬਵੀਅਸਲੀ ਆਗੇ ਬੜ੍ਹਤੇ ਹੈ। ਅਗਰ ਸਟੱਡੀ ਕੀ ਬਾਤ ਕਰ ਲੇ ਤੋ ਕੰਟੀਨਿਊਸਲੀ ਕਿਤਨੀ ਦੇਰ ਆਪ ਲਗਾਤਾਰ ਜੋ ਹੈ ਪੜ੍ਹਤੇ ਰਹੇ ਹੈ, ਚਾਹੇ ਬਿਲਕੁਲ ਸਟੱਡੀ ਕੀ ਹੈ ਮੇਰੇ ਕੋ, ਮੁਝੇ ਲਗਤਾ ਹੈ 2 ਸਾਲ ਹੋ ਗਏ ਮੈਨੇ ਕੋਈ ਵੀ ਰਿਸ਼ਤੇਦਾਰੋ ਕਾ ਫੰਕਸ਼ਨ ਅਟੈਂਡ ਹੀ ਨਹੀਂ ਕੀਆ ਹੈ। ਇਨਫੈਕਟ ਵੋ ਤੋ ਮੁਝੇ ਯੇ ਵੀ ਕਹਤੇ ਕਿ ਆਪ ਕਭੀ ਫੋਨ ਵੀ ਨਹੀਂ ਕਰਤੀ ਹੈ, ਯੇ ਵੀ ਨਹੀਂ ਕਰਤੀ ਹੈ, ਬਟ ਫਿਰ ਜਬ ਤੁਮ ਕਿਸੀ ਚੀਜ਼ ਕੇ ਲੀਏ ਮਿਹਨਤ ਕਰ ਰਹੇ ਹੋ ਤੋ ਵੋ ਕਰਨਾ ਹੀ ਪੜਤਾ। ਔਰ ਮੁਝੇ ਲਗਤਾ ਹੈ ਸਟੱਡੀ ਕਰਤੇ ਹੋਏ ਤੋ ਮੇਰੇ 12th 2014 ਮੇਂ ਖਤਮ ਹੋਈ ਹੈ, ਤਬ ਸੇ ਅਭੀ 2024 ਤੱਕ ਮੇਰੀ PhD ਪੂਰੀ ਸਟੱਡੀ ਹੀ ਚੱਲ ਰਹੀ ਹੈ। ਔਰ ਅਗਰ ਕੋਚਿੰਗ ਕੀ ਬਾਤ ਕਰੇ, ਔਨਲਾਈਨ ਕੋਚਿੰਗ ਕਰ ਰਹੇ ਹੋ ਜਾਂ ਕਿਸੀ ਇੰਸਟੀਟਿਊਟ ਸੇ ਆਪ ਕੋਚਿੰਗ ਲੇ ਰਹੇ ਹੋ? ਮੈਨੇ ਮੇਜਰਲੀ ਸੈਲਫ ਸਟੱਡੀ ਕੀਆ ਹੈ, ਬਟ ਕੋਚਿੰਗ ਕੀ ਬਾਤ ਕੀ ਜਾਏ ਤੋ ਮੈਨੇ ਔਨਲਾਈਨ ਕੋਚਿੰਗ ਲੀ ਹੈ, ਖੰਨਾ ਲੋ ਅਕੈਡਮੀ ਹੈ ਚੰਡੀਗੜ੍ਹ ਮੇਂ, ਉਨਸੇ ਔਨਲਾਈਨ ਕੋਚਿੰਗ ਲੀ। ਇਸਕੇ ਇਲਾਵਾ ਜਬ ਵੀ ਮੈਂ ਆਪਣੀ ਲੋ ਵੀ ਕਰ ਰਹੀ ਥੀ, ਉਸ ਦੌਰਾਨ ਵੀ ਮੈਨੇ ਕੋਚਿੰਗ ਮਤਲਬ ਜੋ ਵੀ ਕਲਾਸਿਸ ਹੋਤੀ ਥੀ ਵੋ ਅਟੈਂਡ ਕੀ ਹੈ, ਤਾਂ ਕਿ ਮੁਝੇ ਇੱਕ ਵੋ ਕੰਟੀਨਿਊਟੀ ਬਣੀ ਰਹੇ, ਔਰ ਜੋ ਮੇਰਾ ਗੋਲ ਹੈ ਮੈਂ ਉਸਕੋ ਅਚੀਵ ਕਰ ਸਕਾਂ। ਸੋਸ਼ਲ ਮੀਡੀਆ ਕਾ ਕਾਫੀ ਅੱਜ ਕੱਲ੍ਹ ਜੋ ਹੈ ਚੱਲ ਰਿਹਾ ਹੈ ਨਾ, ਤੋ ਕਈ ਯੂਥ ਐਸਾ ਹੈ ਕਿ ਜੋ ਕਿ ਰੀਲਸ ਮੇਂ ਸਿਰਫ ਬਿਜ਼ੀ ਹੈ, ਪੜ੍ਹਾਈ ਕੀ ਤਰਫ ਉਨਕਾ ਧਿਆਨ ਨਹੀਂ ਹੈ, ਉਨਕੋ ਆਪਕਾ ਕਿਆ ਮੈਸੇਜ ਹੈ? ਔਰ ਸੈਕਿੰਡਲੀ, ਕਈ ਪੇਰੈਂਟਸ ਐਸੇ ਹੈ ਜੋ ਕਿ ਆਪਣੀ ਬੇਟੀ ਨੂੰ ਘਰ ਸੇ ਬਾਹਰ ਨਹੀਂ ਭੇਜਦੇ, ਉਨਕੇ ਲਈ ਆਪਕਾ ਕਿਆ ਮੈਸੇਜ? ਸਭ ਤੋਂ ਪਹਿਲੇ ਤੋ ਸੋਸ਼ਲ ਮੀਡੀਆ ਕੋ ਲੇਕਰ
मैं ये तो बिल्कुल नहीं मानती कि आप उसको बिल्कुल कट ऑफ कर दो, बिकॉज आप बहुत चीज़ें सीखते भी उसमें। आप मेरा ही सोशल मीडिया देखोगे तो वहाँ बहुत सारे जजमेंट के अपडेट्स भी आते हैं, और उसके अलावा एंटरटेनमेंट भी बहुत ज़रूरी है। मुझे लगता है जब तुम बिल्कुल ही पढ़ते रहो तो तुम बड़े मोनोटनस से बन जाते हो, तो एक वो भी ज़रूरी है कि थोड़ा आपका दिमाग फ्रेश रहे। उसके अलावा उसको अगर पॉजिटिवली यूज़ करोगे तो उसके पॉजिटिव बहुत फ़ायदे हैं। जैसे मैंने कहा कि मैंने ऑनलाइन कोचिंग ली है, तो वो एक तरह से एक इंटरनेट के थ्रू ली है, और मेरे को बहुत हेल्प की है वो चीज़। और रही बात जो लड़कियों को नहीं भेजते, मुझे लिटरली लगता है कि जो आजकल का ज़माना, स्पेशली मैं फैमिली लॉ से मेजर हूँ, तो जो आगे वैसे भी जो ज़माना आ रहा है उसमें एक लड़की का इंडिपेंडेंट होना, फाइनेंशियली इंडिपेंडेंट होना बहुत बहुत ज़रूरी है, बिकॉज हमें नहीं पता अब कि कल क्या आ रहा है और क्या नहीं आ रहा है। बड़ी खुशी वाली गल है, ये तो बहुत खुशी वाली गल है। और साडा टारगेट भी असी इन्हां ने इहो रखिया सीगा, ईवन जदों यूनिवर्सिटी पढ़ती सी एल एल बी कर रही थी उस वेले तो ही असी इहनूं कोचिंग करा रहे हैं। जुडिशरी की कोचिंग शायद थर्ड ईयर तो ही शुरू करती, तो उस वेले तो कोचिंग कर रही, कोचिंग चल रही 3 साल तक लगातार एल एल बी नाल चल रही, नाल कोचिंग चल रही, उसके बाद एल एल एम फिर कोचिंग, फिर वो पी एच डी कर रही, वो नाल भी कोचिंग हर वेले कोचिंग। तो पर इस एक बेटी का अपने पिता का सब तो ज़्यादा होना बिहेवियर नहीं साडा होंदा, उहदा कारण इह आ इह तां बिजी रहिंदी हर वेले पढ़ाई, क्योंकि ये तो असी मेरा ख्याल है भी साढ़े रिश्तेदार जड़े ने हूँ नहीं हूँ मिलने 10 साल नहीं मिले। गाइडेंस की गल होंगी पेरेंट्स वालों, जिहड़ा कि 10+2 तो बाद बच्चों को गाइडेंस दी जाती है, तुसी इस राह नूं यूज़ करो, इस फील्ड नूं यूज़ करो। कि तुसी चूज़ करन दे लई बेटी नूं कहा एल एल बी करो, उस तो बाद अगर पीसीएस क्लीयर करनी हैगी है कि नहीं? नहीं, ये बेटी दा ही सारा शुरू तो ये 10th च भी ये टॉप की है डिस्ट्रिक्ट च, 12th च भी टॉप की है, तो काफ़ी लोग कहते साइंस रखाओ जी, पर आर्ट्स रखना जी, पर हूँ तो भी टोर ज़्यादा होगी सर। नहीं टोर की अं उत्थे ही खड़े अं सेवे कहें लोगों बच्चों और मैसेज देना चाहते हो? बच्चे पढ़ाई वाल तो ध्यान दे, पढ़ाई के बिना तो कुछ भी है नहीं। और पेरेंट्स जोड़े और भी पेरेंट्स पठानकोट एरिया बैकवर्ड एरिया तौर पर जाना जाता है, अज के जमाने लड़का लड़की वाली तो कोई गल नहीं। मैं तो जिते भी इंटरव्यू से गया या टेस्ट दवा गया, खास तौर जुडिशियरी लड़कियाँ ज़्यादा सगिया लड़के घट से, प्रीलिमिनरी मेन च भी इंटरव्यू च भी लड़कियाँ ज़्यादा सगिया लड़के तो घट से, जो लड़के ज़्यादा तो फिर बच्चे अगे आ ही रही कोई गल। मेरी बेटी का शुरू तो ही सही कि जज बनना, और मेरा भी सीख जे इन्हें जज बनना तो इन्हें मैं बनाना जरूर है, चाहे वो मैं जिन्ना मर्जी सैक्रीफाई करने पे, वो मेरा कल सपना पूरा होया। तो मैं चाहनी हूँ हर एक लड़की अगे बढ़ने लिए पेरेंट्स में ये सोचना चाहिए, अजक लड़कियाँ की तो लड़के की सब जो लड़के करे ईवन कि लड़कियाँ ज़्यादा अगे बढ़ रही लड़किया नालों, तो मैनू बड़ा प्राउड है कि मेरी बेटी जज बनना चाहती सी और बन के दस। जिस वक्त रिजल्ट आया कि तुसी सारी और रिजल्ट बेटी दा रिजल्ट सब तो पहले मैं ही सुनया अच्छा। सी बेटी ने मैं फिर कहा, मैं कहा तेरा रिजल्ट आउट हो गया, और किसी फ्रेंड दी मम्मी दा फोन आया कि तुहाडा रिजल्ट आ गया बेटी दा, तो मैंने कहा, इन्हें कहा मम्मा मेरा 8th रैंक आया। इस तो बाद मम्मी नू मां ले की खुशी है, ठीक है ना।